इसमें रहीम असलकम की हाल चाल है, है जी थोड़े सब का उम्मीद करनी हाँ कि सब होवे खैरीयत अज बस बैठे बैठे दिल बहुत ही उदास और मैं सोचा भी काफ़ी टाइम तो मैं अपनी माँ को मिलन वास्ते नहीं गई तो जाव तो जाके देख के आवा कई लोग मैं केंद्र ने कि के औरतों का कब्रस्तान जाना ममनू है नहीं जाना चाहिए बिल्कुल मैं इस ग मन हाँ ਮਗਰ ਕੀ ਕਰੇ ਇਨਸਾਨ ਕਿ ਆਪਣੇ ਪਿਆਰੇ ਜਿਹੜੇ ਨੇ ਅਸੀਂ ਉਹਨਾਂ ਨੂੰ ਇੰਨੀ ਜਲਦੀ ਭੁੱਲਦੇ ਨਹੀਂ ਸਕਦੇ ਤੇ ਉਹ ਵੀ ਮਾਂ ਔਰ ਬਾਪ ਵਰਗਾ ਰਿਸ਼ਤਾ ਜਿਨ੍ਹਾਂ ਨੂੰ ਕਦੀ ਤੁਸੀਂ ਚਾਹ ਕੇ ਵੀ ਨਹੀਂ ਭੁੱਲ ਸਕਦੇ ਹਰ ਵਕਤ ਹਰ ਪਲ ਕੋਈ ਨਾ ਕੋਈ ਯਾਦ ਤੁਹਾਡੇ ਨਾਲ ਰਹਿੰਦੀ ਏ ਅਕਸਰ ਪੈਨਪਾਈ ਮੈਨੂੰ ਕਹਿੰਦੇ ਨੇ ਕਿ ਤੁਸੀਂ ਜਿਹੜਾ ਨਾ ਨਾ ਇੰਨਾ ਯਾਦ ਕਰਿਆ ਕਰੋ ਨਾ ਇਸ ਤਰ੍ਹਾਂ ਰੋਇਆ ਕਰੋ ਭਈ ਮੇਰੇ ਕੋਲ ਹੋਰ ਹੈ ਹੀ ਕੁਛ ਨਹੀਂ ਮੇਰੇ ਕੋਲ ਯਾਦਾਂ ਦੇ ਇਹੋ ਹੀ ਤੇ ਖਜ਼ਾਨੇ ਨੇ ਮਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਯਾਦ ਆਉਂਦੀਆਂ ਨੇ ਆਪਣੇ ਮਾਂ-ਬਾਪ ਦਾ ਘਰ ਹੀ ਯਾਦ ਆਉਂਦਾ ਹੈ ਕਿ ਉੱਥੇ ਅਸੀਂ ਕਿਸ ਤਰ੍ਹਾਂ ਜਿਹੜੇ ਵੀ ਉਹ ਰਹਿੰਦੇ ਸਾਂ ਹਲਕੀ ਦੇ ਹੱਥ ਦੀ ਜ਼ਿੰਦਗੀ ਸੀ ਔਰ ਜ਼ਿੰਦਗੀ ਉਹਲੀ ਹੈ ਬੜੀ ਖਟਨ ਸੀ ਮਗਰ ਅੱਜ ਯਾਦ ਆਉਂਦਾ ਕਿ ਨਹੀਂ ਉਸ ਜ਼ਿੰਦਗੀ ਵਰਗੀ ਤੇ ਜ਼ਿੰਦਗੀ ਹੀ ਕੋਈ ਨਹੀਂ ਸੀ ਸਵੇਰ ਉੱਠਣਾ ਦੂਰ ਦਰਅਸ ਚੂ ਅਜ਼ਾਨ ਦੀ ਆਵਾਜ਼ ਆਣੀ ਕਿਧਰੇ ਸਵੇਰੇ ਸਵੇਰੇ ਮਜ਼ਦੂਰਾਂ ਨੇ ਆਪਣੀਆਂ ਰੀੜੀਆਂ ਕੱਢਣੀਆਂ ਉਨ੍ਹਾਂ ਦੀ ਆਵਾਜ਼ ਆਉਂਦੀ ਹੁੰਦੀ ਸੀ ਸਾਈਕਲ ਤੇ ਕੋਈ ਗੁਜ਼ਰਦੇ ਹੋਏ ਦਾ ਪਤਾ ਚੱਲਦਾ ਸੀ ਕਿ ਕੋਈ ਸਾਈਕਲ ਤੇ ਜਾ ਰਿਹਾ ਵੇ ਔਰ ਜਦੋਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਸਨ ਤੇ ਹਰੇ ਭਰੇ ਖੇਤ ਵੇਖ ਕੇ ਦਿਲ ਖੁਸ਼ ਹੁੰਦਾ ਸੀ ਤੇ ਉਦੋਂ ਕਦੀ ਗਰਮੀ ਦਾ ਵੀ ਅਹਿਸਾਸ ਨਹੀਂ ਸੀ ਹੁੰਦਾ ਉਦੋਂ ਘਰਾਂ 'ਚ ਕੋਈ ਇਹਨੇ ਆਮ ਏਸੀ ਯੂਨਿਟਸ ਵਗੈਰਾ ਨਹੀਂ ਹੁੰਦੇ ਸਨ ਬਿਜਲੀ ਜਾਂਦੀ ਸੀ ਤੇ ਫਿਰ ਵੀ ਪਰਵਾਹ ਨਹੀਂ ਸੀ ਹੁੰਦੀ ਤੇ ਅੱਜ ਸੋਚਨੇ ਆ ਕਿ ਇੰਨੀਆਂ ਅਸائشਾਂ ਵੀ ਨਹੀਂ ਤੇ ਫਿਰ ਵੀ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਹੈ ਸਕੂਨ ਕਿਉਂ ਨਹੀਂ ਹੈ ਕਿਉਂਕਿ ਅਸੀਂ ਲੋਕਾਂ ਨੇ ਆਪਣੇ ਵਾਸਤੇ ਕਿਧਰੇ ਨਾ ਕਿਧਰੇ ਖੁਦ ਮੁਸ਼ਕਿਲਾਂ ਚੜੀਆਂ ਨੇ ਉਹ ਪੈਦਾ ਕੀਤੀਆਂ ਨੇ ਤੇ ਜੀ ਮੈਂ ਇੱਥੇ ਕਬਰਸਤਾਨ ਆਈ ਆ ਕੇ ਸਾਰੀਆਂ ਕਬਰਾਂ ਦੇ ਉੱਤੇ ਫੁੱਲ ਪਾਏ ਤੇ ਸਭ ਨੂੰ ਕਿਹਾ ਅਸਲਾਮੁਅਲੈਕਮ ਯਾ ਅਹਿਲ-ਏ-ਕਬੂਰ ਤੇ ਅੱਲਾਹ ਦੀ ਜ਼ਾਤ ਕੋਲ ਦੁਆ ਵੀ ਕੀਤੀ ਗਈ ਅੱਲਾਹ ਪਾਕ ਤੂ ਰਹਿਮਾਨ ਹੈ ਤੂ ਰਹੀਮ ਹੈ ਅਸੀਂ ਗੁਨਾਹਗਾਰ ਹੈਗੇ ਸਾਡੇ ਗੁਨਾਹ ਭਾਵੇਂ ਅਸਮਾਨ ਦੀ ਚੋਟੀ ਤੱਕ ਵੀ ਪਹੁੰਚ ਜਰ पर तेरी जात जड़ी है वो रहम करन वाली जात है तो माफ फरमान वाली जात है यारला कुल आलम मुसलमान तो जिते मैं खड़ी हाँ इतने दे मुसलमान मेरे माँ बाप समेत जो दुनिया तो जा चुके हैं यारला उन्होंने महफरत फरमा उन्हें सहीरा और कबीरा गुनाह माफ फरमा उन्हें दरजात पुलंद फरमा उन्हबरों अपने नूर की रोशनी नब्बर फरमा दे, फर दे। यारा उन्हबर जन्नत बागों के बचू एक बाग बना दे रब्बुल आलमीन ਤੂੰ ਮਾਫ ਕਰਨ ਵਾਲੀ ਜ਼ਾਤ ਹੈ ਤੂੰ ਕਬੂਲ ਫਰਮਾਨ ਵਾਲੀ ਜ਼ਾਤ ਹੈ ਅਸੀਂ ਇਨਸਾਨਾ ਤੇਰੇ ਹੀ ਬੰਦੇ ਆ ਤੇ ਰਹਿਮ ਪ੍ਰਮਾ ਮੇਰੇ ਮਾਲਿਕ ਇੱਥੇ ਬਹਿ ਕੇ ਆਪਣੀ ਮਾਂ ਵਾਸਤੇ ਦੁਆ ਕੀਤੀ ਕਿ ਯਾ ਅੱਲਾ ਮੇਰੀ ਮਾਂ ਦਾ ਸੱਤ ਸੱਤ ਜਨਤਾਂ ਦੇ ਵਿੱਚਕਰ ਹੋਵੇ ਆਮੀਨ ਸੁਮਾ ਆਮੀਨ ਯਾ ਰੱਬੁਲ ਆਲਮੀਨ ਇਹ ਫੁੱਲ ਜਰੇ ਨੇ ਕਬਰਾਂ ਤੇ ਪਏ ਹੋਏ ਇਹਨਾਂ ਦੀ ਇੱਕ ਆਪਣੀ ਹੀ ਰੌਣਕ ਲੱਗਦੀ ਹੈ ਤੇ ਜਦੋਂ ਮੈਂ ਉੱਠ ਕੇ ਆਉਣ ਲੱਗੀ ਤੇ ਮਾਂ ਦੇ ਪੈਰਾਂ ਵੱਲ ਹੱਥ ਰੱਖ ਕੇ ਮਾ ਕੁਲ ਮਾਫੀ ਵੀ ਮੰਗੀ ਕਿ ਮੇਰੀ ਮਾਂ ਕਦੀ ਜ਼ਿੰਦਗੀ ਚ ਮੈਂ ਉੱਚਾ ਬੋਲ ਗਈ ਹਾਂ ਮੇਰੇ ਕਿਸੇ ਲਫ਼ਜ਼ ਨਾਲ ਤੁਹਾਨੂੰ ਤਕਲੀਫ਼ ਹੋਈ ਹੋਵੇ ਤੇ ਮੈਨੂੰ ਮਾਫ ਕਰਦੇ ਤੇ ਇੱਥੇ ਮਾਂ ਨੇ ਅੱਗੇ ਕਿਹਾ ਕਿ ਮਾਂ ਤੇਰਾ ਪੁੱਤਰ ਬਾਹਰ ਗਿਆ ਵੇ ਆਪਣੇ ਪੁੱਤਰ ਵਾਸਤੇ ਢੇਰ ਸਾਰੀਆਂ ਦੁਆਵਾਂ ਕਰੀ ਬੜਾ ਹੀ ਲਾਡਲਾ ਪੁੱਤਰ ਸੀ ਮੇਰੀ ਮਾਂ ਦਾ ਤੇ ਮੇਰੀ ਮਾਂ ਦੀਆਂ ਦੁਆਵਾਂ ਹੈ ਨੇ ਇਹਦੇ ਨਾਲ ਤੇ ਇਨਸ਼ਾਅੱਲਾ ਹਮੇਸ਼ਾ ਰਹਿਣਗੀਆਂ ਕਬਰਸਤਾਨ ਚੋਂ ਨਿਕਲੇ ਤੇ ਐ ਚੁਗੀਆਂ ਸਨ ਇਨ ਲਟੂਗੀਆਂ ਦੇ ਕੋਲ ਮੈਂ ਰੁਕ ਗਈ ਕਿਉਂਕਿ ਇਹਨਾਂ ਦੀ ਜ਼ਿੰਦਗੀ ਕਿਆ ਸ਼ਾਹਾਨਾ ਜ਼ਿੰਦਗੀ ਹੈ ਨਾ ਤੁੱਪ ਦਾ ਅਹਿਸਾਸ ਨਾ ਬੱਦਲ ਦਾ ਨਾ ਛਾਂ ਦਾ ਨਾ ਬਾਰਿਸ਼ ਦਾ ਇਹ ਦੇਖੋ ਇਹ ਵੀ ਇੱਧਾ ਦੀ ਇੱਕ ਐਸੀ ਮਖਲੂਕ ਹੈ ਕਿ ਖੁਸ਼ ਜਿੱਥੇ ਹੀ ਖਾਲੀ ਮੈਦਾਨ ਮਿਲਿਆ ਤੇ ਉੱਥੇ ਚੰਦ ਨੇ ਆਪਣਾ ਬਸੇਰਾ ਕਰ ਲਿਆ ਇੱਥੇ ਊਂਟ ਸੀ ਜੋ ਕਿ ਮੈਨੂੰ ਬਹੁਤ ਹੀ ਪਿਆਰਾ ਲੱਗਿਆ ਇਹਦੀ ਵੀਡੀਓ ਬਣਾਈ ਔਰ ਵੈਸੇ ਵੀ ਊਂਟ ਜਿਹੜੇ ਨੇ ਇਹ ਬੜੇ ਹੀ ਪਿਆਰੇ जानवर होंगे और अगर असी देखिए तो सहराई इलाक वाल ऊंट जोड़े ने बहुत ही पाए जाते हैं इतने देखो इन्ह के दे बर्तन सब और इन्होंने अपनी झुग्गिया किस तरह बनाया हो और इतून खड़ी सी मैं उन्होंने पूछया कि बै तुम इतें कि अरसाओ तो उन्हें कहा जी तू दहना पानी इतों मुक गया तो इतों चले जावे तो मैं क्या तुम अपने घर क्यों नहीं बनाते ਤੇ ਕਹਿੰਦੇ ਅੱਲਾ ਦੀ ਇੰਨੀ ਜ਼ਮੀਨ ਪਈ ਹੈ ਨਾ ساری ਜ਼ਿੰਦਗੀ ਸਾਡੀ ਇਸ ਤਰ੍ਹਾਂ گزر ਜਾਂਦੀ ਹੈ ਅਸੀਂ ਖਾਨਦਾਨਾਂ ਦੇ ਖਾਨਦਾਨ ਇਸੇ ਤਰ੍ਹਾਂ ਨਿਕਲਦੇ ਰਹਿੰਦੇ ਆ ਕੋਈ ਹੈ ਨਹੀਂ ਅਸੀਂ ਜਿਹੜੇ ਆਪਣੇ ਘਰ ਬਣਾ ਲੈਂਦੇ ਨੇ ਇੱਥੇ ਮੈਨੂੰ ਸਰ੍ਹਸੋਂ ਦਾ ਖੇਤ ਨਜ਼ਰ ਆਇਆ ਤੇ ਮੈਂ ਸਿਧਰਾਂ ਨੂੰ ਕਿਹਾ ਵੀ ਉੱਥੇ ਵੀਡੀਓ ਬਣਾ ਤੇ ਇੱਥੇ ਦੇਖੋ ਜੀ ਲੱਗੀ ਹੋਈ ਹੈ ਸਟਰਾਬਰੀ ਤੇ ਸਿਧਰਾਂ ਨੂੰ ਮੈਂ ਕਿਹਾ ਸੀ ਮੈਂ ਕਿ ਇੱਥੇ ਜਾ ਕੇ ਤੇ ਸਟਰਾਬਰੀ ਦੀ ਵੀਡੀਓ ਬਣਾ ਔਰ ਦੇਖ ਕਿ ਜਿੱਥੇ ਔਰਤਾਂ ਸਟਰਾਬਰੀ ਤੋੜ ਰਹੀਆਂ ਨੇ ਉਹਨਾਂ ਦੀ ਵੀ ਥੋੜੀਕੀ ਵੀਡੀਓ ਤੂੰ ਬਣਾਨੀ ਹੈ ਤਾਂ ਕਿ ਪਤਾ ਲੱਗੇ ਕਿ ਔਰਤਾਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਮਰਦਾਂ ਦੇ ਸ਼ਾਨਾ ਬਿਸ਼ਾਨਾ ਕੰਮ ਕਰਦੀਆਂ ਨੇ ਔਰ ਇਹਨਾਂ ਨੂੰ ਕਿਧਰੇ ਨਾ ਕਿਧਰੇ ਇਗਨੋਰ ਕੀਤਾ ਜਾਂਦਾ ਹੈ ਮਗਰ ਔਰਤ ਤੋਂ ਬਿਨਾਂ ਘਰ ਜਿਹੜਾ ਵੀ ਉਹ ਨਾ ਮੁਕੰਮਲ ਹੈ ਤੇ ਇਹ ਦੇਖੋ ਇੱਥੇ ਪਿਆਜ਼ ਤੇ ਲਸਣ ਵੀ ਸਟ੍ਰਾਬਰੀ ਦੇ ਵਿੱਚ ਹੀ ਲੱਗਿਆ ਹੋਇਆ ਸੀ ਤੇ ਰੇਟ ਉਹਨਾਂ ਨੂੰ ਕੋਈ ਪੁੱਛਿਆ ਤਾਂ ਉਹਨਾਂ ਨੇ ਕਿਹਾ ਜੀ ਅਸੀਂ ਇੱਥੇ ਨਹੀਂ ਵੇਚਦੇ ਅਸੀਂ ਮੰਡੀ 'ਚ ਜਾ ਕੇ ਵੇਚਦੇ ਹਾਂ ਤੇ ਅਸੀਂ ਸ਼ਹਿਰ ਵੱਲ ਆਏ ਤੇ ਇੱਥੇ ਮੈਨੂੰ ਨਜ਼ਰ ਆਈ ਜੀ ਕਚਨਾਰ ਤੇ ਐਸੀ ਮੇਰਾ ਅੱਜ ਦਾ ਵਲੌਗ